ਜੀ ਜੀ ਕਿੱਦਾਂ ਤੁਸੀਂ ਜਿਹੜਾ ਤੀਆਂ ਦਾ ਮੇਲਾ ਤੀਜ ਫੈਸਟੀਵਲ ਸੈਲੀਬ੍ਰੇਟ ਕਰ ਰਹੇ ਹੋ ਸਭ ਤੋਂ ਪਹਿਲਾਂ ਅੱਜ ਮੈਂ ਔਰ ਮੇਰੇ ਫਰੈਂਡ ਨੇ ਬਹੁਤ ਇੰਜੋਏ ਕੀਤਾ ਅਸੀਂ ਦੇਖੋ ਜਿਵੇਂ ਤੁਹਾਡੇ ਸਾਹਮਣੇ ਸਟੇਜ ਦੀ ਡੈਕੋਰੇਸ਼ਨ ਵਗੈਰਾ ਤੇ ਸਾਰਾ ਵਧੀਆ ਡੈਕੋਰੇਟ ਕੀਤਾ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਦੇਖੋ ਸਾਡੇ ਸਾਰੇ ਫਰੈਂਡਸ ਵਗੈਰਾ ਪਰਾਂਦੇ ਵਗੈਰਾ ਟਿੱਕੇ ਵਗੈਰਾ ਪੰਜਾਬੀ ਟ੍ਰੈਡੀਸ਼ਨਲ ਡਰੈਸ ਵਗੈਰਾ ਪਾ ਕੇ ਆਏ ਨੇ ਅੱਜ ਤਾਂ ਅਸੀਂ ਬਹੁਤ ਇੰਜੋਏ ਕੀਤਾ ਸਾਰਾ ਫਰੈਂਡ ਸਰਕਲ ਇਕੱਠਾ ਹੋ ਕੇ ਸਾਰੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੇ ਆ ਭੰਗੜਾ ਪਾਉਂਦੇ ਆ ਪੂਰਾ ਇੰਜੋਏ ਕਰਦੇ सौन महीना वरे मेघला सौन महीना वरे मेघला लिशके जोरों जोर नी दिन तिया दे आए पिंगा लैन होलारे जोर नी दिन तिया दे आए पिंगा लैन होलारे जोर ਪਹਿਲਾਂ ਪੇਰੈਂਟਸ ਹੀ ਇਸ ਚੀਜ਼ ਨੂੰ ਮੋਟੀਵੇਟ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਕਿ ਅਗਰ ਪੇਰੈਂਟਸ ਖੁਦ ਇਨਵੋਲਵ ਹੋਣਗੇ ਇਸ ਚੀਜ਼ਾਂ 'ਚ ਨਾ ਤਾਂ ਹੀ ਬੱਚੇ ਆਪਾਂ ਨੂੰ ਦੇਖ ਕੇ ਸਿੱਖਣਗੇ ਬਹੁਤ ਕੁਛ ਜੇ ਬੱਚੇ ਸਿੱਖਣਗੇ ਤਾਂ ਸਾਡਾ ਕਲਚਰ ਜਿਹੜਾ ਹੈਗਾ ਉਹ ਨੈਕਸਟ ਜਨਰੇਸ਼ਨ ਤੱਕ ਜਾਏਗਾ ਅਦਰਵਾਈਜ਼ ਇਹ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਸਿਰਫ ਪਿਕਚਰਸ 'ਚ ਹੀ ਦੇਖਣ ਨੂੰ ਮਿਲਣਗੀਆਂ ਪੂਰੇ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਹੁਣ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਜਦਕਿ ਕੁਛ ਸਮੇਂ ਪਹਿਲੇ ਇਹ ਤਿਉਹਾਰ ਇੰਨਾ ਨਹੀਂ ਸੀ ਫੇਮਸ ਸਿਰਫ ਪਿੰਡਾਂ ਦੇ ਲੋਕ ਇਸ ਨੂੰ ਮਨਾਉਂਦੇ ਸੀਗੇ ਹੁਣ ਸ਼ਹਿਰਾਂ 'ਚ ਵੀ ਹਰੇਕ ਔਰਤ ਨੂੰ ਹੁੰਦਾ ਹੈ ਕਿ ਮੈਂ ਤੀਜ ਦੇ ਤਿਉਹਾਰ 'ਤੇ ਬੰਨ ਠੰਨ ਕੇ ਜਾਵਾਂ ਅਤੇ ਆਪਣੇ ਸੱਭਿਆਚਾਰ ਦੇ ਨਾਲ ਜੁੜੀ ਰਵਾਂ ਨੂੰ ਸਭ ਜੀ ਬਣਾਵੇ ਘਰ ਗੂਗਲ ਤੇ ਸਰਚਾ ਸਭ ਜੀ ਬਣਾਵੇ ਘਰ ਗੂਗਲ ਤੇ ਸਰਚਾ ਘੱਟ ਜਾਵੇ ਲੂਣ ਕਦੇ ਵੱਧ ਜਾਣ ਮਿਰਚਾਂ ਕਿੱਥੋਂ ਪੱਕਣ ਮੱਕੀ ਦੀਆਂ ਰੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਨਵੀਆਂ ਵੀ ਆਈਆਂ ਵੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਨਵੀਆਂ ਵੀ ਆਈਆਂ ਵੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਦੋਸਤੋ ਮੈਂ ਤੁਹਾਡਾ ਦੋਸਤ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਤੀਆਂ ਦੇ ਮੇਲੇ ਦੀ ਬਹੁਤ ਬਹੁਤ ਮੁਬਾਰਕਾਂ ਔਰ ਸ਼ੁਭਕਾਮਨਾਵਾਂ ਮੈਂ ਤੁਹਾਨੂੰ ਦੱਸਦਾ ਕਿ ਅੱਜ ਦੇਸ਼ ਔਰ ਵਿਦੇਸ਼ ਦੇ ਵਿੱਚ ਹਰ ਜਗ੍ਹਾ ਤੇ ਜਿਹੜਾ ਵਾ ਤੀਆਂ ਦਾ ਮੇਲਾ ਤੀਜ ਦਾ ਫੈਸਟੀਵਲ ਜਿਹੜਾ ਹੈਗਾ ਵਾ ਮੁੱਖ ਤੌਰ ਤੇ ਸੈਲੀਬ੍ਰੇਟ ਕੀਤਾ ਜਾ ਰਿਹਾ ਵਾ ਅਗਰ ਗੱਲ ਕਰਾਂ ਲੁਧਿਆਣਾ ਸ਼ਹਿਰ ਦੀ ਮੁਟਿਆਰਾਂ ਦੀ ਤਾਂ ਲੁਧਿਆਣਾ ਸ਼ਹਿਰ ਦੀ ਮੁਟਿਆਰਾਂ ਵੀ ਪਿੱਛੇ ਕਿੱਥੇ ਘੱਟ ਨਹੀਂ ਹੈ ਬਹੁਤ ਹੀ ਵਧੀਆ ਅੱਜ ਤਿਆਰ ਹੋ ਕੇ ਆਏ ਨੇ ਸਾਰੀ ਮੁਟਿਆਰਾਂ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਇਹਨਾਂ ਨੇ ਜਿਹੜਾ ਵਾ ਤੀਆਂ ਦਾ ਮੇਲਾ ਯਾਨੀ ਕਿ ਤੀਜ ਫੈਸਟੀਵਲ ਸੈਲੀਬ੍ਰੇਟ ਕੀਤਾ ਤੇ ਆਓ ਫਿਰ ਇਹਨਾਂ ਤੋਂ ਜਾਣਦੇ ਕਿਸ ਪ੍ਰਕਾਰ ਨਾਲ ਕਿੰਨਾਂ ਨੇ ਮਸਤੀ ਕੀਤੀ ਅੱਜ ਤੇ ਫਿਰ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮਨਜੀਤ ਕੌਰ ਮਨਜੀਤ ਜੀ ਕਿੱਦਾਂ ਅੱਜ ਤੁਸੀਂ ਜਿਹੜਾ ਤੀਆਂ ਦਾ ਮੇਲਾ ਤੀਜ ਫੈਸਟੀਵਲ ਸੈਲੀਬ੍ਰੇਟ ਕਰ ਰਹੇ ਹੋ ਸਭ ਤੋਂ ਪਹਿਲਾਂ ਦੱਸੋ ਅੱਜ ਮੈਂ ਔਰ ਮੇਰੇ ਫਰੈਂਡ ਨੇ ਬਹੁਤ ਇੰਜੋਏ ਕੀਤਾ ਅਸੀਂ ਦੇਖੋ ਜਿਵੇਂ ਤੁਹਾਡੇ ਸਾਹਮਣੇ ਸਟੇਜ ਦੀ ਡੈਕੋਰੇਸ਼ਨ ਵਗੈਰਾ ਤੇ ਸਾਰਾ ਵਧੀਆ ਡੈਕੋਰੇਟ ਕੀਤਾ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਦੇਖੋ ਸਾਡੇ ਸਾਰੇ ਫਰੈਂਡਸ ਵਗੈਰਾ ਪਰਾਂਦੇ ਵਗੈਰਾ ਟਿੱਕੇ ਵਗੈਰਾ ਪੰਜਾਬੀ ਟ੍ਰੈਡੀਸ਼ਨਲ ਡਰੈਸ ਵਗੈਰਾ ਪਾ ਕੇ ਆਏ ਨੇ ਅੱਜ ਤਾਂ ਅਸੀਂ ਬਹੁਤ ਇੰਜੋਏ ਕੀਤਾ ਅੱਜ ਠੀਕ ਹੈ ਕੀ ਬਿਆਨ ਮੈਂ ਕਿੱਦਾਂ ਦਾ ਲੱਗਦਾ ਕਿ ਜਦੋਂ ਆਪਾਂ ਇੱਦਾਂ ਦੇ ਫੈਸਟੀਵਲਸ ਕਰਾਉਂਦੇ ਹਾਂ ਉਹ ਉਡੀਕ ਕਰਦੇ ਹਾਂ ਕਿ ਤੀਆਂ ਦਾ ਮੇਲਾ ਅਸੀਂ ਸੈਲੀਬ੍ਰੇਟ ਕਰਾਂਗੇ ਕਿੰਨੇ ਕੁ ਉਡੀਕ ਰਹਿੰਦੇ ਇੱਦਾਂ ਦੇ ਮੇਲੇ ਸਾਨੂੰ ਅੱਜ ਤੀਜਾ ਸਾਲ ਹੋ ਗਿਆ ਮਨਾ ਰਹੇ ਹਾਂ ਤੀਜ ਅਸੀਂ ਤੇ ਸਾਰੇ ਸਾਨੂੰ ਜ਼ਿਆਦਾ ਫੋਰਸ ਫਰੈਂਡ ਹੀ ਕਰਦੇ ਨੇ ਵੀ ਤੁਸੀਂ ਵਧੀਆ ਕਰ ਰਹੇ ਹੋ ਅਰੇਂਜਮੈਂਟ ਤਾਂ ਇੱਕ ਮਤਲਬ ਯਾਦਗਾਰ ਹੋ ਜਾਂਦੀ ਆ ਵੀ ਤੁਸੀਂ ਜੋ ਕਰ ਰਹੇ ਹੋ ਵਧੀਆ ਕਰ ਰਹੇ ਹੋ ਤੀਜ ਦਾ ਫੈਸਟੀਵਲ ਕੀ ਕਹਿਣਾ ਚਾਹੋਗੇ ਇਸ ਮੌਕੇ ਤੁਸੀਂ ਬਾਕੀ ਸਪੈਸ਼ਲੀ ਉਹਨਾਂ ਲੇਡੀਜ਼ ਮਹਿਲਾਵਾਂ ਨੂੰ ਜੋ ਆਪਣੇ ਘਰੇ ਨੇ ਉਹ ਸਪੈਸ਼ਲੀ ਜੋ ਕਿ ਕਿੱਥੇ ਨਾ ਕਿੱਥੇ ਜਿਹੜਾ ਕਲਚਰ ਤੋਂ ਦੂਰ ਹੋਏ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਵੀ ਤੁਸੀਂ ਥੋੜ੍ਹਾ ਜਿਹਾ ਮਤਲਬ ਬਾਹਰ ਨਿਕਲੋ ਕਿਉਂਕਿ ਘਰ ਤੋਂ ਬਾਹਰ ਵੀ ਥੋੜ੍ਹਾ ਆਪਾਂ ਨੂੰ ਪਤਾ ਲੱਗੇ ਵੀ ਤੀਜ ਕਿਉਂ ਮਨਾਈ ਜਾਂਦੀ ਹੈ ਹੈ ਨਾ ਅਤੇ ਥੋੜ੍ਹਾ ਫਰੈਂਡ ਸਰਕਲ ਵੀ ਵੱਧ ਹੈ ਇਹਦੇ ਨਾਲ ਅਤੇ ਕਿੱਦਾਂ ਇਹ ਸੈਲੀਬ੍ਰੇਟ ਕੀਤੀ ਤੀਜ ਫੈਸਟੀਵਲ ਤੁਸੀਂ ਹਾਂਜੀ ਅਸੀਂ ਬਹੁਤ ਵਧੀਆ ਸੈਲੀਬ੍ਰੇਟ ਕੀਤੀ ਤੀਆਂ ਜਿਹੜੀਆਂ ਸਾਉਣ ਦੇ ਮਹੀਨੇ 'ਚ ਮਨਾਈਆਂ ਜਾਂਦੀਆਂ ਇਹਦੇ ਵਿੱਚ ਇਹ ਹੁੰਦਾ ਵੀ ਅਸੀਂ ਇਕੱਠੀਆਂ ਹੋ ਕੇ ਇੰਜੋਏ ਕਰ ਲੈਂਦੇ ਹਾਂ ਗਿੱਧਾ ਪਾ ਲੈਂਦੇ ਹਾਂ ਅਤੇ ਆਪਣੇ ਜਿਹੜੇ ਸਟ੍ਰੈਸ ਆ ਘਰਾਂ 'ਚੋਂ ਨਿਕਲ ਕੇ ਆਪਣਾ ਥੋੜ੍ਹਾ ਦੂਰ ਹੋ ਜਾਂਦਾ ਫਰੈਂਡ ਸਰਕਲ ਨੂੰ ਇੱਕ ਦੂਜੇ ਨੂੰ ਮਿਲਣ ਨੂੰ ਮਿਲਦਾ ਹਾਂਜੀ ਹਾਂਜੀ ਕੀ ਨਾਮ ਮੇਰਾ ਨਾਮ ਕਿਰਨਦੀਪ ਕੌਰ ਹੈ ਬਹੁਤ ਵਧੀਆ ਬਹੁਤ ਵਧੀਆ ਬਹੁਤ ਇੰਜੋਏ ਕੀਤਾ ਅਸੀਂ ਤੀਆਂ ਇੰਨੀਆਂ ਕੁ ਤੀਆਂ ਦੇ ਵਿੱਚ ਇੰਨਾ ਕੁ ਇੰਜੋਏ ਕਰਦੇ ਹਾਂ ਅਸੀਂ ਸਾਰਾ ਫਰੈਂਡ ਸਰਕਲ ਇਕੱਠਾ ਹੋ ਕੇ ਸਾਰੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੇ ਹਾਂ ਭੰਗੜਾ ਪਾਉਂਦੇ ਹਾਂ ਪੂਰਾ ਇੰਜੋਏ ਕਰਦੇ ਹਾਂ ਨਵੇਂ ਨਵੇਂ ਬੱਚਿਆਂ ਨੂੰ ਕਿੱਦਾਂ ਦਾ ਮੈਸੇਜ ਜਾਂਦਾ ਹੈ ਇਸ ਜਿਹੜੇ ਸਾਡੀ ਆਉਣ ਵਾਲੀ ਜਨਰੇਸ਼ਨ ਆਉਣ ਵਾਲੀ ਜਨਰੇਸ਼ਨ ਨੂੰ ਇਹੀ ਮੈਸੇਜ ਦਿੰਦੇ ਹਾਂ ਕਿ ਆਉਣ ਵਾਲੀ ਜਨਰੇਸ਼ਨ ਇਹ ਕਰੇ ਵੀ ਆਪਣੇ ਸੱਭਿਆਚਾਰ ਤੋਂ ਕਦੇ ਵੀ ਦੂਰ ਨਾ ਹੋ ਸਕੇ ਇਹ ਸਭ ਕੁਝ ਦੇਖ ਕੇ ਬੱਚੇ ਵੀ ਇਸ ਗੱਲ ਨਾਲ ਇਨਵੋਲਵ ਹੋਣ ਇਸ ਗੱਲ ਦੇ ਵਿੱਚ ਇਨਵੋਲਵ ਹੋਣ ਕਿ ਅਸੀਂ ਵੀ ਤੀਆਂ ਮਨਾਈਏ ਅਸੀਂ ਤਾਂ ਕਰਕੇ ਇਹੀ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸੈਲੀਬ੍ਰੇਟ ਕਰ ਰਹੇ ਹੋ ਹਾਂਜੀ ਮੇਰਾ ਨਾਮ ਹੈ ਪ੍ਰਦੀਪ ਕੌਰ ਅਤੇ ਅਸੀਂ ਬਹੁਤ ਵਧੀਆ ਤਰੀਕੇ ਨਾਲ ਤੀਆਂ ਮਨਾਈਆਂ ਇੱਥੇ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਕਿ ਸਾਰਿਆਂ ਦੇ ਚਿਹਰੇ ਕਿਵੇਂ ਮੁਸਕਰਾ ਰਹੇ ਨੇ ਨਾ ਤੀਜ ਫੈਸਟੀਵਲ ਤੋਂ ਬਾਅਦ ਅਤੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਹਰ ਵਾਰ ਵੱਧ ਤੋਂ ਵੱਧ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਨੂੰ ਕਰੀਏ ਅਤੇ ਬਾਕੀਆਂ ਲਈ ਵੀ ਵਧੀਆ ਮੈਸੇਜ ਦਈਏ
इस चीज़ नू मोटिवेट कर सकते हैं अपने बच्चों नू कि अगर पेरेंट्स खुद इनवॉल्व होंगे इस चीज़ां च ना ताई बच्चे आपां नू देख के सीखणगे बहुत कुछ जे बच्चे सीखणगे तां साडा कल्चर जिहड़ा हैगा है वो नैक्सट जनरेशन तक जाएगा अदरवाइज ये सारिया चीज़ां खत्म हो जाएगियाँ सिर्फ पिक्चर्स ही देखण नू मिलणगियाँ बिल्कुल की ना जी दादा रविंदर कौर कितना मनाया तुसीं तीआं दा बहुत ज़्यादा वधिया बहुत इंजॉय किया बहुत डांस किया बहुत ज़्यादा हाँ सानू हमेशा ही क्रेज़ रहिंदा वी असीं तीआं मनाईए खास तौर पर मेरी मनजीत मैडम नू उन्हां तां बहुत ज़्यादा हुंदा वे कि तू आना ही आना सोनी जो मर्जी हो जाए जिथे मर्जी जा पर तीआं दे जो जरूर इनवॉल्व होना वे बहुत बहुत शुक्रिया हाँ जी मेरा नाम धर्मजीत कौर है सानू बहुत मज़ा आया इत्थे तीआं मना के तो ये पंजाबी कल्चर में बिलोंग कर दिया ने तीआं अपने टिक्के नाल चूड़िया नाल मेहंदी नाल क्योंकि साढ़े बच्चों नू भी पता चले अगे तो है ना बेटी नू नाल ले हाँ जी हाँ जी बेटी नू नाल लेके आ क्योंकि अजकल सर टेंशन इन्नी ने घर दे विच है ना तो इस करके सानू बाहर निकल के फ्रेंड्स नाल सैलीब्रेट करके बहुत मज़ा आता और असं अपने दिमाग तो जी टेंशन एक दिन लिए दूर तो कर सकते हैं कम से कम और साढ़े बच्चों भी पता चलता अगे तो है ना तो इन्हों ज़्यादा एक्साइटमेंट होंगी और सानू महीना पहला ही एक्साइटमेंट होंगी है डांस की सत श्रीकाल सर मेरा नाम गुरप्रीत कौर है तो मैं बहुत अच्छा लगे इतने आके बहुत इंजॉय किया लाइक यह जे फंक्शन मेरे हिसाब नाल होने चाहिए नहीं क्योंकि आपनू अपने कल्चर बारे पता चलता तो आपनू अगली नैक्सट जनरेशन भी आप मैसेज दे सकते हैं कि हाँ कि साडा एक्चुअल कल्चर की है फॉरन दे विच बच्चे जा रहे हैं उहदे नाल की हुंदा कि वो अपने जिहड़े कल्चर तो थोड़ा बैक स्टैप जा रहे हैं सो यह एक बहुत वधिया एफर्ट है मतलब जिन्होंने भी ये प्रोग्राम ऑर्गनाइज किया ते आई एम सैटिस्फाइड ते आई एम सो हैप्पी मैंने इन्हें अपने कजन्स नु दूरों बुलाया वा बहुत दूरों आए ने स्पेशल इत्थे हां दूरों हां जी तुसी कहना चाहते मैं मतलब बहुत खुश हां इत्थे आके मेरी फ्रेंड्स नु मिल रही हां सारियां नु कुछ न्यू है मतलब कुछ पुरानियां हां गिद्दा बोलियां पा के सारे असीं पुराना कल्चर नु याद किया जो जो मतलब पुराना चरखा लगाया हुआ मतलब सारा कुछ प्रॉपर तैयारी की हुई है चूड़ा वगैरह बाहर सारा मतलब जो जो थीम मिले हुए हैं सारे अपने अपने मतलब चॉइस ने फोटो वगैरह करवाइया सारे ने बहुत अच्छा किया मैं चाहनी है कि मतलब हर जगह पर हर पिंड मतलब हरेक थान पर लेडीज आन कट्ठिया होने सारा कुछ बहुत वधिया तरीके मतलब इदा ही अरेंज हो ताकि सारा कल्चर अपना वधे फुले सत श्री अकाल जी मेरा नाम अर्शदीप कौर है तो असी अज तीआं दा त्यौहार मतलब बहुत वधिया तरीके ने मनाया कि असी सारे ने मतलब पूरे ट्रडिशनल हो के पूरे परांदियां वगैरह सारे ने पाईआं सी टिक्के वगैरह लाए सीगे पुरानियां बोलियां दे नाल सारे जुड़दे आ जिद्दां बच्चियां नूं भी पता चलदा कि अपने ट्रडिशनल सोंगस की ने तो उहदे बारे सारे बच्चियां नूं मतलब पता चलदा चलो हुण बोलियां जांदे तां साडे दर्शकां नूं बोलियां सुनाओ पहलां तां किहड़ी बोली सुनाओगे तुसीं इस तीज दे मौके ते हां जी सौन महीना वरे मेघला सौन महीना वरे मेघला लिशके जोरों जोर नी दिन तियां दे आए पिंगा लैण होलारे जोर नी दिन तियां दे आए पिंगा लैण होलारे जोर तियां जोर लगियां जोरो जोर लगियां तियां जोर लगियां जोरो जोर लगियां ਸਾਵੇਂ ਪੇਕੇ ਆਂਦੇ ਪਿੰਡ ਤੀਆਂ ਜ਼ੋਰ ਲੱਗੀਆਂ ਮੇਰੇ ਪੇਕੇ ਆਂਦੇ ਪਿੰਡ ਤੀਆਂ ਜ਼ੋਰ ਲੱਗੀਆਂ ਹਾਂਜੀ ਇੱਕ ਸੌਣ ਤੋਂ ਹਟ ਕੇ ਵੀ ਮੈਂ ਇੱਕ ਬੋਲੀ ਪਾਉਣਾ ਚਾਹੂੰਗੀ ਨੂੰ ਸਭ ਜੀ ਬਣਾਵੇ ਘਰ ਗੂਗਲ ਤੇ ਸਰਚਾਂ ਸਭ ਜੀ ਬਣਾਵੇ ਘਰ ਗੂਗਲ ਤੇ ਸਰਚਾਂ ਘੱਟ ਜਾਵੇ ਲੂਣ ਕਦੇ ਵੱਧ ਜਾਣ ਮਿਰਚਾਂ ਕਿੱਥੋਂ ਪੱਕਣ ਮੱਕੀ ਦੀਆਂ ਰੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਨਵੀਆਂ ਵੀ ਆਈਆਂ ਵੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਨਵੀਆਂ ਵੀ ਆਈਆਂ ਵੋਟੀਆਂ ਨੀ ਗਿੱਜ ਗਈਆਂ ਪੀਜ਼ਿਆਂ ਤੇ ਮਾਂ ਕਹਿੰਦੀ ਕੁੜੀ 30 ਸਾਲ ਦੀ ਮਾਂ ਕਹਿੰਦੀ ਕੁੜੀ 30 ਸਾਲ ਦੀ ਨਾ ਰੱਖਿਆ ਉਹਦਾ ਪਾਣੀ ਬਈ ਚੁੱਲਾ ਚੋਖਾ ਆਪੇ ਕਰਨਾ ਚੁੱਲਾ ਚੋਖਾ ਆਪ ਹੀ ਕਰਨਾ ਰਹਿ ਗਈ ਉਮਰ ਨਿਆਣੀ ਸਬਜ਼ੀ ਧਰਦੀ ਨੇ ਭਿੰਡੀਆਂ ਚ ਪਾਤਾ ਪਾਣੀ ਸਬਜ਼ੀ ਧਰਦੀ ਨੇ ਭਿੰਡੀਆਂ ਚ ਪਾਤਾ ਪਾਣੀ ਸਬਜ਼ੀ ਧਰਦੀ ਨੇ ਭਿੰਡੀਆਂ ਚ ਪਾਤਾ ਪਾਣੀ ਸਬਜ਼ੀ ਧਰਦੀ ਨੇ
ਸਹੁਰੇ ਸਹੁਰੇ ਕਰਦੀ ਓ ਕੁੜੀਓ, ਸਹੁਰੇ ਸਹੁਰੇ ਕਰਦੀ ਓ ਕੁੜੀਓ, ਕੀ ਸਹੁਰਿਆਂ ਤੋਂ ਲੈਣਾ ਨੀ ਪਹਿਲਾਂ ਦਿੰਦੇ ਖੰਡਦੀਆਂ ਚਾਵਾਂ, ਪਹਿਲਾਂ ਦਿੰਦੇ ਖੰਡਦੀਆਂ ਚਾਵਾਂ, ਫੇਰ ਦਿੰਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ ਨੀ ਰੰਗ ਬਦਲ ਗਿਆ, ਦੋ ਦਿਨ ਸਹੁਰੇ ਜਾ ਕੇ ਨੀ ਰੰਗ ਬਦਲ ਗਿਆ। ਤੀ ਸੈਲੀਬ੍ਰੇਟ ਅਸੀਂ ਕਰ ਰਹੇ ਹਾਂ, ਦੇਖੋ ਤੁਸੀਂ ਸਾਡੇ ਸਾਹਮਣੇ ਸਾਰਾ ਕੁਛ ਡੈਕੋਰੇਸ਼ਨ ਹੋਇਆ ਹੋਇਆ, ਤੀਜ ਦੀ ਸੈਲੀਬ੍ਰੇਸ਼ਨ ਕਰ ਰਹੇ ਹਾਂ। ਸਾਰੀਆਂ ਮੁਟਿਆਰਾਂ ਸੋਹਣੀਆਂ ਸੋਹਣੀਆਂ ਬਣ ਕੇ ਆਈਆਂ ਨੇ, ਟਿੱਕੇ ਲਾ ਕੇ, ਪਰਾਂਦੀਆਂ ਪਾ ਕੇ। ਦੇਖੋ ਮੈਂ ਵੀ ਪਰਾਂਦੀ ਪਾ ਕੇ ਆਈ ਹਾਂ ਇੱਥੇ, ਅਤੇ ਅਸੀਂ ਤੀਜ ਦਾ ਤਿਉਹਾਰ ਪਰਮਾਤਮਾ ਕਰੇ ਇੱਦਾਂ ਹੀ ਸੁੱਖ ਸ਼ਾਂਤੀ ਨਾਲ ਹਰ ਸਾਲ ਮਨਾਉਂਦੇ ਰਹੀਏ। ਪੂਰੇ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਹੁਣ ਬਹੁਤ ਖੁਸ਼ੀ ਨਾਲ ਮਨਾਇਆ ਜਾਂਦਾ ਹੈ, ਜਦਕਿ ਕੁਛ ਸਮੇਂ ਪਹਿਲੇ ਇਹ ਤਿਉਹਾਰ ਇੰਨਾ ਨਹੀਂ ਸੀ ਫੇਮਸ, ਸਿਰਫ ਪਿੰਡਾਂ ਦੇ ਲੋਕ ਇਸ ਨੂੰ ਮਨਾਉਂਦੇ ਸੀਗੇ। ਹੁਣ ਸ਼ਹਿਰਾਂ 'ਚ ਵੀ ਹਰੇਕ ਔਰਤ ਨੂੰ ਹੁੰਦਾ ਕਿ ਮੈਂ ਤੀਜ ਦੇ ਤਿਉਹਾਰ 'ਤੇ ਬੰਨ ਠੰਨ ਕੇ ਜਾਵਾਂ ਅਤੇ ਆਪਣੇ ਸੱਭਿਆਚਾਰ ਦੇ ਨਾਲ ਜੁੜੀ ਰਵਾਂ। ਅੰਦਰ ਐਕਟੀਵਿਟੀਜ਼ ਬਹੁਤ ਸਾਰੀਆਂ ਹੋਈਆਂ ਨੇ, ਛੋਟੇ ਬੱਚਿਆਂ ਨੇ ਵੀ ਪਾਰਟੀਸਪੇਟ ਕੀਤਾ, ਛੋਟੇ ਬੱਚਿਆਂ ਨੇ ਗਿੱਧਾ ਪਾਇਆ, ਭੰਗੜਾ ਪਾਇਆ, ਬੋਲੀਆਂ ਪਾਈਆਂ। ਕੁੜੀਆਂ ਮਹੀਨਾ ਦੋ ਮਹੀਨੇ ਪਹਿਲੇ ਤੋਂ ਪ੍ਰੈਕਟਿਸ ਕਰ ਰਹੀਆਂ ਸੀ ਇਸ ਚੀਜ਼ ਦੀ, ਅਤੇ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੀਆਂ ਨੇ, ਤੁਸੀਂ ਦੇਖ ਹੀ ਰਹੇ ਹੋ। ਬੱਚਿਆਂ ਨੂੰ ਬਹੁਤ ਜ਼ਰੂਰੀ ਆ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖਣਾ, ਜਿੱਦਾਂ ਕਿ ਬੱਚੇ ਅੱਜ ਕੱਲ੍ਹ ਸਿਰਫ ਉਹਨਾਂ ਦਾ ਫੂਡ ਵੀ ਠੀਕ ਨਹੀਂ ਹੈ ਔਰ ਫੋਨਾਂ ਦੇ ਵਿੱਚ ਹੀ ਉਹ ਸਾਰਾ ਆਪਣਾ ਟਾਈਮ ਬਿਤਾਉਂਦੇ ਨੇ, ਉਹਨਾਂ ਨੂੰ ਇੱਦਾਂ ਦੀ ਐਕਟੀਵਿਟੀਜ਼ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਆ। ਅੱਜ ਬੱਚੇ ਆਏ ਹੋਏ ਨੇ, ਆਪਣਾ ਟਾਈਮ ਇੱਥੇ ਸਪੈਂਡ ਕਰ ਰਹੇ ਨੇ, ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਇੱਥੋਂ ਪਤਾ ਚੱਲਦਾ। ਬਾਕੀ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਬਾਕੀ ਪੇਰੈਂਟਸ ਨੂੰ ਵੀ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਲੋਕ ਇਸ ਸੱਭਿਆਚਾਰ ਦੇ ਨਾਲ ਨਹੀਂ ਜੁੜਦੇ, ਕਈ ਮਦਰਸ ਨੂੰ ਹੁੰਦਾ ਕਿ ਅਸੀਂ ਕਿਉਂ ਜਾਈਏ ਐਵੇਂ, ਬਟ ਇੱਥੇ ਇੱਕ ਸੱਭਿਆਚਾਰਿਕ ਕਲਚਰਲ ਪ੍ਰੋਗਰਾਮ ਹੁੰਦਾ ਤਾਂ ਇੱਥੇ ਜ਼ਰੂਰ ਆਉਣਾ ਚਾਹੀਦਾ। ਹਰ ਮਦਰ ਨੂੰ ਇੱਥੇ ਅੱਗੇ ਵੱਧ ਤੋਂ ਵੱਧ ਉਤਸ਼ਾਹ ਦੇ ਨਾਲ ਆਉਣਾ ਚਾਹੀਦਾ ਔਰ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਤਾਂ ਕਿ ਬੱਚਿਆਂ ਨੂੰ ਸਮਝ ਆਏ ਕਿ ਅਸੀਂ ਸਾਡਾ ਇਹ ਕਲਚਰ ਹੈ ਔਰ ਅਸੀਂ ਆਪਣੇ ਕਲਚਰ ਦੇ ਨਾਲ ਕਿਤੇ ਨਾ ਕਿਤੇ ਜੁੜੇ ਰਹੀਏ ਜ਼ਰੂਰ। ਸੋ ਦੋਸਤੋ ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾ, ਲੁਧਿਆਣਾ ਵਾਲੇ ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਜ਼ਰੂਰ ਕਰੋ। ਸੋ ਕੈਮਰਾ ਪਰਸਨ ਹਰਜੀਤ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ, ਧੰਨਵਾਦ, ਉਹ ਜੁੜੇ ਰਹੋ ਲੁਧਿਆਣਾ ਲਈ ਦੇ ਨਾਲ।